ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਉਹ ਹੁਣ ਮੈਥੋਂ ਕਿੰਨਾ ਉੱਚਾ ਹੋ ਗਿਆ ਸੀ ਜੁੱਤੀ ਵੀ ਨਾ ਹੋਂਦੀ ਹਰ ਮਹੀਨੇ ਆਖਦਾ ਨਵੀਂ ਲੈ ਕੇ ਦਿਓ ਬੋਝੇ ਚੋ ਜਿੰਨੇ ਜੀ ਕਰਦਾ ਪੈਸੇ ਵੀ ਕੱਢ ਕੇ ਲੈ ਜਾਂਦਾ ਕੁਝ ਆਖਣ ਲੱਗਦਾ ਤਾਂ ਜੰਮਣ ਵਾਲੀ ਉਹਦੇ ਹੱਕ ਚ ਭੁਗਤਦੀ ਸਫਾਈਆਂ ਦਿੰਦੀ ਤੁਸੀਂ ਠੀਕ ਹੁੰਦੇ ਹੋਏ ਵੀ ਗਲਤੋ ਜਵਾਨ ਔਲਾਦ ਨੂੰ ਕੁਝ ਆਖਣ ਦਾ ਜ਼ਮਾਨਾ ਨਹੀਂ ਰਿਹਾ ਇਹ ਨਾ ਭੁੱਲੋ ਕੋਲੋਂ ਗੱਡੀ ਦੀ ਲਾਈਨ ਵੀ ਲੰਘਦੀ ਏ ਮੈਂ ਮਾਨੀ ਮਾਨਾਖਦਾ ਇਹ ਨਹੀਂ ਦੱਸ ਜਾਇਆ ਕਰੀ ਆਖਿਰ ਜਾਂਦਾ ਕਿੱਥੇ ਐ ਮੁੰਨਾ ਕਦੋਂ ਹੁੰਦਾ ਦੋ ਪੈਣਾ ਜਵਾਨ ਵੀ ਨਹੀਂ ਕਿੰਨੀਆਂ ਸਲਾਹ ਬਾਤਾਂ ਹੁੰਦੀਆਂ ਨੇ ਪਿਓ ਪੁੱਤ ਵਿਚਾਲੇ ਕੋਲ ਬੈਠੇ ਦਾ ਸਹੀ ਕਾਰ ਨੂੰ ਮਲਮਲ ਸਾਫ ਕਰਦੇ ਆਂ ਤੇ ਬੂਟ ਲਿਸ਼ਕਾਉਂਦੇ ਆਂ ਘੰਟੇ ਲੰਘ ਜਾਂਦੇ ਮੈਂ ਅਖਬਾਰ ਪੜਨ ਬਹਾਨੇ ਉਸ ਵੱਲ ਤੱਕਦਾ ਰਹਿੰਦਾ ਕਦੋਂ ਨਜ਼ਰ ਮਿਲਾਵੇ ਪਰ ਇਹ ਕਰਮਾ ਮਾਰੀਆਂ ਕਦੇ ਵੀ ਦੋ ਤੋਂ ਚਾਰ ਨਾ ਹੁੰਦੀਆਂ ਇੱਕ ਵਰਦ ਦੀ ਰਾਤ ਦੇ 2 ਵਜੇ ਗਏ ਇਹਦਾ ਕੋਈ ਪਤਾ ਨਹੀਂ ਕਿੱਥੇ ਐ ਕਦੋਂ ਮੁੜਨਾ ਹੈ ਸੋਚਾਂ ਦੀ ਉਦੇੜ ਬੁੜਾਣਾ ਸੰਦੂਕ ਖੋਲ ਲਿਆ ਅੰਦਰੋਂ ਪਾਪਾ ਜੀ ਦੀ ਇੱਕ ਡਾਇਰੀ ਨਿਕਲੀ ਚਾਰ ਦਹਾਕੇ ਪਹਿਲਾਂ ਲਿਖੀ ਇੱਕ ਥਾਂ ਆਖ ਰਹੇ ਸਨ ਅੱਜ ਵੀ ਬਿਨਾਂ ਦੱਸੇ ਚਲਾ ਗਿਆ ਫਿਰ ਅੱਧੀ ਰਾਤ ਮੁੜਿਆ ਤਾਂ ਸਿਰਫ ਇੰਨਾ ਹੀ ਪੁੱਛ ਲਿਆ ਕੁਵੇਲੇ ਕਿਉਂ ਆਏ ਤਾਂ ਅੱਖਾਂ ਕੱਢ ਵੇਖਣ ਲੱਗਾ ਫਿਰ ਬਿਨਾਂ ਕੁਝ ਆਖੇ ਹੀ ਆਪਣੇ ਕਮਰੇ 'ਚ ਜਾ ਬੜਿਆ ਬੁਆਢਾ ਕਰਕੇ ਵੱਜਿਆ ਸਿੱਧਾ ਮੇਰੀ ਰੂਹ ਤੇ ਇੰਨੀ ਸ਼ਰਮਿੰਦਗੀ ਇੰਨਾ ਦੁੱਖ ਪਹਿਲੀ ਵੇਰ ਹੋਇਆ ਨਿੱਕੇ ਜੇ ਨੂੰ ਖੜਾਇਆ ਚਿੱਤਰ ਤੋਤੇ ਜੁੱਠਾ ਖਾਦਾ ਆਪ ਪਟਿਆ ਪਾਇਆ ਪਰ ਇਹਦੇ ਹਮੇਸ਼ਾ ਨਵੇਂ ਨਕੋਰ ਹੁੰਦੇ ਸਨ ਕਿੱਥੇ ਗਲਤੀ ਹੋ ਗਈ ਫਿਰ ਅੱਗੋਂ ਦੋ ਤਿੰਨ ਅੱਖਰਾਂ ਦੀ ਪਾਲ ਧੁੰਦਲੀ ਹੋਈ ਪਈ ਸੀ ਪਾਣੀ ਦੇ ਤੁਰਬ ਕੇ ਡਿੱਗੇ ਸਨ ਸ਼ਾਇਦ ਖੁਦ ਦੇ ਸਿਰ ਤੇ ਪਟੋਕੀ ਮਾਰੀ ਕਮਲਿਆ ਇਤ੍ਰੁਬਕੇ ਨਹੀਂ ਹੰਝੂ ਨੇ ਫਿਰ ਆਪਣੀ ਅੱਖਾਂ ਮੀਟ ਲਈਆਂ ਫਿਰ ਠੀਕ ਉਸੇ ਥਾਂ ਮੇਰੀਆਂ ਅੱਖਾਂ ਜੋ ਵੀ ਕਿੰਨੇ ਤਰੁਬਕੇ ਹੋ ਡਿੱਗੇ ਲਗਾਤਾਰ ਥੋੜੇ ਬਹੁਤ بڑے ਜਾਂਦੇ ਅੱਖਰ ਹੋਰ ਵੀ ਧੁੰਦਲੇ ਹੋ ਗਏ ਤਰੁਬਕੇ ਨਹੀਂ ਪਛਤਾਵਾ ਡਿੱਗ ਰਿਹਾ ਸੀ ਮਾਫੀ ਦੀ ਆਸ ਵਿੱਚ ਪਰ ਮਾਫੀ ਦਿੰਦਾ ਕੌਣ ਇੰਨੇ ਵੱਡੇ ਘਰ 'ਚ ਮੈਂ ਇਕੱਲਾ ਹੀ ਤਾਂ ਸਾਂ ਤੇ ਜਾਂ ਫਿਰ ਕੰਧ ਤੇ ਟੰਗੀ ਇੱਕ ਫੋਟੋ ਪਾਪਾ ਜੀ ਦੀ ਚਾਰ ਦਹਾਕੇ ਪਹਿਲਾਂ ਦੀ ਫੋਟੋਆਂ ਵੀ ਭਲਾ ਮਾਫੀ ਦਿੰਦੀਆਂ ਕਦੀ ਕਦੀ ਨਹੀਂ ਮਾਫੀ ਤੇ ਜਿਉਂਦੇ ਜਾਗਦੇ ਇਨਸਾਨ ਦਿੰਦੇ ਨੇ ਤੁਰ ਗਏ ਤੇ ਸਿਰਫ ਚੇਤਾ ਕਰਵਾਉਂਦੇ ਰਹਿੰਦੇ ਜਿਹਾਂ ਬੀਜੋਗੇ ਉਹੀ ਵੱਢੋਗੇ ਧੰਨਵਾਦ